प्राइवेट बस माफिया मुर्दाबाद 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 दबके पिटो हाय 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 आज एक साल हो गया इन्हां दा ट्रायल ही चली जांदा ਇਹ ਅੰਦਰੋਂ ਜਵਾਹਰ ਕੈਂਪ ਦੇ ਅੰਦਰੋਂ ਬੱਸਾਂ ਕੱਢਦੇ ਪਏ ਨੇ ਜਿਹਦੇ ਕਾਰਨ ਸ਼ੌਪਕੀਪਰ ਨੂੰ ਸਮੱਸਿਆ ਆ ਰਹੀ ਹੈ ਉੱਥੇ ਜੋ ਵਿਜ਼ਿਟਰ ਆਉਂਦਾ ਉਹਨੂੰ ਸਮੱਸਿਆ ਆ ਰਹੀ ਹੈ ਜਾਮ ਲੱਗਾ ਰਹਿੰਦਾ ਬੱਚਿਆਂ ਨੂੰ ਪ੍ਰੋਬਲਮ ਛੋਟੇ ਬੱਚੇ ਜਾਂਦੇ ਐਕਸੀਡੈਂਟ ਹੁੰਦੇ ਆ ਰੋਜ਼ ਗਾਲੀ ਗਲੋਜ਼ ਜਿਹੜੀ ਇਹ ਲੋਕ ਕਰਦੇ ਆ ਅੱਜ ਤੋਂ ਸਾਲ ਪਹਿਲਾਂ ਟ੍ਰਾਇਲ ਬੇਸ ਤੇ ਬੱਸਾਂ ਦਾ ਰੂਟ ਬਦਲਿਆ ਗਿਆ ਸੀ ਅਤੇ ਉਹ ਲੁਧਿਆਣੇ ਦੇ ਜਵਾਹਰ ਨਗਰ ਕੈਂਪ ਤੋਂ ਘੁੰਮ ਕੇ ਜਾਂਦੀਆਂ ਸਨ ਇਹ ਟ੍ਰਾਇਲ ਬੇਸ ਚੱਲਦਿਆਂ ਪੂਰਾ ਸਾਲ ਹੋ ਗਿਆ ਹੈ ਜਿਸ ਕਰਕੇ ਦੁਕਾਨਦਾਰਾਂ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਬੱਸਾਂ ਦੇ ਕਰਕੇ ਐਕਸੀਡੈਂਟ ਹੁੰਦੇ ਹਨ ਅਤੇ ਪੂਰੀ ਮਾਰਕੀਟ 'ਚ ਟ੍ਰੈਫਿਕ ਵੀ ਹੋ ਜਾਂਦਾ ਹੈ ਜਿਸ ਕਰਕੇ ਗ੍ਰਾਹਕ ਹੁਣ ਇਸ ਮਾਰਕੀਟ 'ਚ ਆਉਣਾ ਪਸੰਦ ਨਹੀਂ ਕਰਦੇ ਸੋ ਤੁਸੀਂ ਵੀ ਤਸਵੀਰਾਂ ਦੇਖੋ ਵੀ ਕਿਸ ਤਰ੍ਹਾਂ ਦੁਕਾਨਦਾਰਾਂ ਨੇ ਸਰਕਾਰ ਦੇ ਖਿਲਾਫ ਨਾਅਰੇ ਲਗਾਏ ਅੱਜ ਇੱਕ ਸਾਲ ਹੋ ਗਿਆ ਇਹਨਾਂ ਦਾ ਟ੍ਰਾਇਲ ਹੀ ਚੱਲੀ ਜਾਂਦਾ ਇਹ ਅੰਦਰੋਂ ਜਵਾਹਰ ਨਗਰ ਕੈਂਪ ਦੇ ਅੰਦਰੋਂ ਬੱਸਾਂ ਕੱਢਦੇ ਪਏ ਨੇ ਜਿਹਦੇ ਕਾਰਨ ਸ਼ੌਪਕੀਪਰ ਨੂੰ ਸਮੱਸਿਆ ਆ ਰਹੀ ਹੈ ਉੱਥੇ ਜੋ ਵਿਜ਼ਿਟਰ ਆਉਂਦਾ ਉਹਨੂੰ ਸਮੱਸਿਆ ਆ ਰਹੀ ਹੈ ਜਾਮ ਲੱਗਾ ਰਹਿੰਦਾ ਬੱਚਿਆਂ ਨੂੰ ਪ੍ਰੋਬਲਮ ਛੋਟੇ ਬੱਚੇ ਜਾਂਦੇ ਐਕਸੀਡੈਂਟ ਹੁੰਦੇ ਆ ਰੋਜ਼ ਗਾਲੀ ਗਲੋਜ਼ ਜਿਹੜੀ ਇਹ ਲੋਕ ਕਰਦੇ ਆ ਤੁਸੀਂ ਕਹਿੰਦੇ ਵੀ ਪੁਰਾਣਾ ਰੂਟ ਹੋਣਾ ਚਾਹੀਦਾ ਪੁਰਾਣਾ ਰੂਟ ਹੋਣਾ ਚਾਹੀਦਾ ਨਵਾਂ ਰੂਟ ਅਸੀਂ ਬਰਦਾਸ਼ਤ ਨਹੀਂ ਕਰਨਾ ਕੋਈ ਨਵੇਂ ਰੂਟ ਤੋਂ ਟ੍ਰੈਫਿਕ ਜਾਮ ਹੁੰਦੀ ਹੈ ਜਿਹੜੀ ਗੱਡੀਆਂ ਖੜੀਆਂ ਹੁੰਦਾ ਉਹਨੂੰ ਠੋਕ ਦਿੰਦੇ ਆ ਬੜੀ ਸਮੱਸਿਆ ਹਾਈ ਟੈਂਜ ਹਾਈ ਡਬਲ ਡੈਕਰ ਬੱਸਾਂ ਚੱਲਦੀਆਂ ਤਾਰਾ ਤੋੜ ਦਿੰਦੇ ਨੇ ਬੱਸਾਂ ਵਾਲੇ ਦੇਖੋ ਸਾਡੇ ਨਾਲ ਆਪ ਖੜੇ ਨੇ ਉਹ ਆਪ ਪਰੇਸ਼ਾਨ ਨੇ ਲੇਕਿਨ ਟ੍ਰੈਫਿਕ ਪੁਲਿਸ ਦੇ ਕੰਨਾਂ ਤੇ ਜੂ ਨਹੀਂ ਰਹਿ ਰਹੀ ਅਸੀਂ ਅੱਜ ਜਿਹੜਾ ਰਾਹ ਇਹਨਾਂ ਦਾ ਰੋਕਿਆ ਇਧਰੋਂ ਬੱਸਾਂ ਦਾ ਰਾਹ ਰੋਕਿਆ ਆਪਨੇ ਪੁਰਾਣਾ ਚਾਲੂ ਕਰਤਾ ਨਾ ਉਸ ਤਰ੍ਹਾਂ ਹੀ ਪੁਰਾਣਾ ਚਾਲੂ ਕਰਨ ਸਾਡੀ ਏਸੀਪੀ ਗੁਰਦੇਵ ਸਿੰਘ ਹੋਰਾਂ ਨੂੰ ਰਿਕੁਐਸਟ ਹੈ मार्केट परेशान है मार्केट नूं फ्लॉप करदे पए ने मार्केट चो बसा ना जान हुण बच्चां नूं छुट्टी है बच्चे भी सड़क तो क्रॉस करदे ने नीचे आने का खतरा वा ट्रायल बेसिस जाम बहुत लगता मार्केट लंघाउणा शुरू कर दिता ना वांट कि पहला रूट ही फॉलो करन बसिस क्योंकि इन्हां ने मार्केट च ਇਹਨਾਂ ਦੇ ਗਾਹਕਾਂ ਨੂੰ ਥੋੜ੍ਹੀ ਪ੍ਰੋਬਲਮ ਆਉਂਦੀ ਹੈ ਅਤੇ ਰਸ਼ ਪੈ ਜਾਂਦਾ ਇੰਨਾ ਕੁ ਇਹਨਾਂ ਦਾ ਮਸਲਾ ਹੈ ਜੀ ਜੋ ਵੀ ਇਹਨਾਂ ਦੀ ਗ੍ਰੀਵੈਂਸ ਹੈ ਆਪਾਂ ਉੱਪਰ ਆਫਿਸਰ ਤੱਕ ਪਹੁੰਚਾ ਦਾਂਗੇ ਸੋ ਜੋ ਵੀ ਬੈਸਟ ਪੋਸੀਬਲ ਸਲਿਊਸ਼ਨ ਉਹ ਕਰ ਦਿੱਤਾ ਜਾਊਗਾ ਸਰ ਇਹਨਾਂ ਨੇ ਗ੍ਰੀਵੈਂਸ ਦੇ ਵਿੱਚ ਇਹ ਵੀ ਕਿਹਾ ਹੈ ਕਿ ਇੱਥੇ ਕਈ ਇੰਜਰੀਜ਼ ਕਈ ਐਕਸੀਡੈਂਟਸ ਵਗੈਰਾ ਵੀ ਹੁੰਦੇ ਸੀ ਨਹੀਂ ਐਸ ਕੋਈ ਵੱਡਾ ਕੋਈ ਐਕਸੀਡੈਂਟ ਕੋਈ ਸਾਹਮਣੇ ਨਹੀਂ ਆਇਆ ਸੋ ਇਹ ਤਾਂ ਐਕਸੀਡੈਂਟ ਤਾਂ ਦੇਖੋ ਜੀ ਕਿਤੇ ਵੀ ਹੋ ਸਕਦਾ ਕੋਈ ਇਹ ਤਾਂ ਹੈ ਨਹੀਂਗਾ ਕਿ ਰੋਡ ਤੋਂ ਟ੍ਰੈਫਿਕ ਇਹੋ ਜਿਹਾ ਕੁਛ ਤਾਂ ਸਾਡੇ ਸਾਹਮਣੇ ਨਹੀਂ ਆਇਆ ਬਟ ਜੋ ਵੀ ਬਟ ਸਟਿਲ ਜੋ ਵੀ ਬੈਸਟ ਪੋਸੀਬਲ ਹੈ ਮਾਰਕੀਟ ਦੇ ਵੀ ਧਿਆਨ ਰੱਖ ਕੇ ਤੇ ਬਾਕੀ ਟ੍ਰੈਫਿਕ ਨੂੰ ਮੱਦੇਨਜ਼ਰ ਰੱਖ ਕੇ ਕਰ ਦਿੱਤਾ ਜਾਊ ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।